ਰੀਝਾਂ 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 ਰਹਿ ਗਿਆ ਵਿੱਚੇ ਰੀਝਾਂ ਵੰਡਣਾ ਪੈ ਰਿਹਾ ਏ ਕੈਨੇਡਾ ਚ ਘਰ ਘਰ ਜਾ ਕੇ ਪੀਜਾ। ਕਿ ਡਿਲੀਵਰੀ ਦੀ ਜੋਬ ਕਰਦਾ ਇਹਦੇ ਵਿੱਚ ਕੁਛ ਬਚਾ ਕੇ ਮੈਂ ਗਾਣਾ ਕੀਤਾ ਸੀ ਪਰ ਗਾਣਾ ਮਾਨ ਸਾਹਿਬ ਨੇ ਗਾ ਦਿੱਤਾ ਆ ਪਰ ਪਤਾ ਨਹੀਂ ਹੁਣ ਗਲਤੀ ਕਿਹਦੀ ਆ। ਜ਼ਿੰਦਗੀ ਜਿਸ ਮੋੜ ਤੇ ਸ਼ੁਰੂ ਹੋਈ ਉਸੇ ਮੋੜ ਤੇ ਆ ਕੇ ਖੜ ਗਈ। ਇਹ ਹੈ ਜਲੰਧਰ ਦੇ ਨਕੋਦਰ ਦਾ ਸਾਹਿਲ ਰਾਜਾ। ਨੇਕੀ ਦੇ ਦਰ ਨਕੋਦਰ ਦੇ ਰਹਿਣ ਵਾਲੇ ਸਾਹਿਲ ਦਾ ਸੁਪਨਾ ਸੀ ਸਿੰਗਰ ਬਣਨਾ ਪਰ ਗਾਇਕੀ ਦਾ ਕਿੱਤਾ ਮਹਿੰਗਾ ਹੁੰਦਾ ਜਾ ਰਿਹਾ ਸੀ। ਗਾਣਾ ਕੱਢਣ ਲਈ ਲੱਖਾਂ ਰੁਪਏ ਚਾਹੀਦੇ ਸੀ। ਆਖਿਰਕਾਰ 5 ਸਾਲ ਪਹਿਲਾਂ ਇਸੇ ਉਮੀਦ ਦੇ ਵਿੱਚ ਇਹ ਜਲੰਧਰ ਦੇ ਨਕੋਦਰ ਤੋਂ ਕੈਨੇਡਾ ਲਈ ਰਵਾਨਾ ਹੋ ਗਿਆ। ਦਿਨ ਰਾਤ ਮਿਹਨਤਾਂ ਕੀਤੀਆਂ, ਵਕਤ ਨੂੰ ਬਦਲਿਆ ਤੇ ਸਾਹਿਲ ਬਣ ਗਿਆ ਕੈਨੇਡਾ ਚ ਰਾਜਾ। ਬਿਲਕੁਲ, ਸਾਹਿਲ ਰਾਜਾ ਦੀ ਟੋਰ ਦੇਖ ਕੇ ਇਹ ਤਾਂ ਸਾਫ ਹੋ ਗਿਆ ਕਿ ਇਸ ਦੇ ਨਾਲ ਖੜ ਕੇ ਟੋਰ ਤਾਂ ਬਣਨੀ ਸੀ ਪਰ ਵਕਤ ਦਾ ਪਹੀਆ ਇੱਕ ਵਾਰ ਫੇਰ ਘੁੰਮ ਗਿਆ। ਰਾਜਾ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਸਾਹਿਲ ਤੋਂ ਰਾਜਾ ਤਾਂ ਬਣ ਗਿਆ ਪਰ ਰਾਜਾ ਤੋਂ ਫੇਰ ਰੰਕ ਬਣਨ ਜਾ ਰਿਹਾ ਹੈ। ਹੁਣ ਸ਼ੁਰੂ ਕਰਦੇ ਹਾਂ ਅਸਲੀ ਕਹਾਣੀ। ਸਾਹਿਲ ਰਾਜਾ ਆਖਿਰਕਾਰ ਇੱਕ ਵਾਰ ਫਿਰ ਉਸ ਮੁਕਾਮ 'ਤੇ ਕਿਵੇਂ ਪਹੁੰਚ ਗਿਆ ਜਿੱਥੋਂ ਉਸਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਇੱਕ ਵਾਰ ਫਿਰ ਉਸਨੂੰ ਕੈਨੇਡਾ ਦੀਆਂ ਸੜਕਾਂ 'ਤੇ ਪੀਜ਼ੇ ਵੰਡਣੇ ਪੈ ਰਹੇ ਨੇ, ਘਰ ਘਰ ਜਾ ਕੇ ਫੂਡ ਡਿਲੀਵਰੀ ਕਰਨੀ ਪੈ ਰਹੀ ਹੈ। ਆਖਿਰਕਾਰ ਅਜਿਹਾ ਕੀ ਹੋਇਆ? ਦਰਅਸਲ ਇੱਕ ਗਾਣਾ ਕੱਢਣ ਤੋਂ ਬਾਅਦ ਸਾਹਿਲ ਰਾਜਾ ਨੂੰ ਪਤਾ ਲੱਗ ਗਿਆ ਕਿ ਉਸ ਦੀ ਆਵਾਜ਼ 'ਚ ਉਹ ਦਮ ਹੈ ਕਿ ਉਹ ਜਲਦ ਹੀ ਇੰਡਸਟਰੀ 'ਚ ਰਾਜ ਕਰੇਗਾ। ਇਸੇ ਉਮੀਦ 'ਚ ਉਸਨੇ ਆਪਣੀ ਸਾਰੀ ਪੂੰਜੀ ਇੱਕ ਨਵੇਂ ਗਾਣੇ 'ਤੇ ਲਾ ਦਿੱਤੀ। ਆਖਿਰਕਾਰ ਗੁੜ ਦੀ ਰੋੜੀ ਸਾਹਿਲ ਰਾਜਾ ਵਾਸਤੇ ਕੌੜੀ ਕਿਵੇਂ ਹੋ ਗਈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ, ਕਿਉਂਕਿ ਇਸ ਦੇ ਪਿੱਛੇ ਸਾਹਿਲ ਰਾਜਾ ਹਰਭਜਨ ਮਾਨ ਨੂੰ ਜ਼ਿੰਮੇਵਾਰ ਮੰਨਦਾ ਹੈ ਕਿਉਂਕਿ ਉਸਦਾ ਕਹਿਣਾ ਕਿ ਗੁੜ ਦੀ ਰੋੜੀ ਉਸਦਾ ਗੀਤ ਸੀ, ਉਸਨੇ ਆਪਣੀ ਪੂੰਜੀ ਖਰਚ ਕੇ ਖਰੀਦਿਆ ਸੀ, ਉਸਨੂੰ ਰਿਕਾਰਡ ਵੀ ਕੀਤਾ ਸੀ ਪਰ ਇਹ ਗਾਣਾ ਅਚਾਨਕ ਹਰਭਜਨ ਮਾਨ ਨੇ ਰਿਲੀਜ਼ ਕਰਤਾ। ਆਮ ਤੌਰ 'ਤੇ ਝਗੜਿਆਂ 'ਚ ਮੇਲਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਣ ਵਾਲੇ ਹਰਭਜਨ ਮਾਨ ਨੇ ਇਹ ਕਿਹੜਾ ਨਵਾਂ ਝਗੜਾ ਪਾ ਲਿਆ? ਜਿਉਂਦਿਆਂ ਦੇ ਮੇਲੇ ਜੱਗ 'ਚ ਪੈ ਗਏ ਝਗੜੇ।
ਬਿਲਕੁਲ, ਹਰਭਜਨ ਮਾਨ ਵਾਸਤੇ ਭਾਵੇਂ ਇੱਕ ਛੋਟਾ ਜਿਹਾ ਗੀਤ ਹੋਵੇ, ਪਰ ਸਾਹਿਲ ਰਾਜਾ ਦੀ ਤਾਂ ਜ਼ਿੰਦਗੀ ਸੀ ਅਤੇ ਇਸ ਗੀਤ ਨੇ ਉਸਦੀ ਜ਼ਿੰਦਗੀ ਨੂੰ ਝਗੜੇ ਝਮੇਲੇ 'ਚ ਬਦਲਤਾ, ਕਿਉਂਕਿ ਉਸਦੇ ਸੁਪਨੇ ਟੁੱਟ ਗਏ ਨੇ। ਉਹ ਇੱਕ ਵਾਰ ਫਿਰ ਉਸ ਕਗਾਰ 'ਤੇ ਹੈ ਜਿੱਥੋਂ ਸ਼ੁਰੂ ਹੋਇਆ ਸੀ, ਅਤੇ ਹੁਣ ਫਿਰ ਵੰਡਣੇ ਪੈ ਰਹੇ ਨੇ ਪੀਜ਼ੇ। ਆਓ ਤੁਹਾਨੂੰ ਸੁਣਾਉਂਦੇ ਹਾਂ ਸਾਹਿਲ ਰਾਜਾ ਦਾ ਸਹੀ ਦਰਦ ਕੀ ਹੈ। ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਕੱਲ੍ਹ ਇੱਕ ਵੀਡੀਓ ਪਾਈ ਸੀ ਕਿ ਮੇਰਾ ਗਾਣਾ ਚੋਰੀ ਹੋਇਆ, ਔਰ ਉਹ ਗਾਣਾ ਉਹਨਾਂ ਨੇ ਕੱਲ੍ਹ ਵੀਡੀਓ ਦੇਖ ਕੇ ਯੂਟਿਊਬ ਚੈਨਲ ਤੋਂ, ਜਿਹੜਾ ਕਿ HM ਰਿਕਾਰਡ ਕੰਪਨੀ ਤੋਂ ਰਿਲੀਜ਼ ਹੋਇਆ ਸੀ, ਉਹਨਾਂ ਨੇ ਡਿਲੀਟ ਕਰ ਦਿੱਤਾ ਔਰ ਉਸਦੇ ਕਮੈਂਟ ਵੀ ਉਹਨਾਂ ਨੇ ਬੰਦ ਕਰ ਦਿੱਤੇ ਸੀ। ਪਰ ਹੁਣ ਉਹੀ ਗਾਣਾ ਕਿਸੇ ਹੋਰ ਚੈਨਲ ਤੋਂ ਉਹਨਾਂ ਨੇ ਆਪਣੇ ਕਿਸੇ ਚੈਨਲ ਤੋਂ ਅਪਲੋਡ ਕੀਤਾ, ਔਰ ਉਹਦਾ ਜਿਹੜਾ ਪਹਿਲਾ ਪੋਸਟਰ ਸੀ ਮੈਂ ਵੀਡੀਓ ਦੇ ਵਿੱਚ ਵੀ ਦਿਖਾਇਆ ਕਿ ਉਹ ਕਿਹੜੇ ਚੈਨਲ ਤੋਂ ਰਿਲੀਜ਼ ਕੀਤਾ ਸੀ ਔਰ ਕਿਹੜਾ ਪੋਸਟਰ ਸੀ ਤੇਰੀ ਮੇਰੀ ਜੋੜੀ। ਹੁਣ ਉਹਨਾਂ ਨੇ ਪੋਸਟਰ ਵੀ ਚੇਂਜ ਕਰ ਦਿੱਤਾ ਔਰ ਪੋਸਟਰ ਦਾ ਤੁਸੀਂ ਦੇਖ ਹੀ ਸਕਦੇ ਹੋ, ਉਹਨਾਂ ਦੀਆਂ ਪਹਿਲੀਆਂ ਐਲਬਮਾਂ ਦਾ ਪੋਸਟਰ ਲਾ ਦਿੱਤਾ ਆਨ ਸ਼ਾਨ, ਔਰ ਗਾਣਾ ਥੱਲੇ ਸ਼ੋ ਹੋ ਰਿਹਾ ਤੇਰੀ ਮੇਰੀ ਜੋੜੀ। ਮੈਂ ਤੁਹਾਨੂੰ ਸੁਣਾਉਂਦਾ ਹਾਂ ਜੀ। ਮੇਰੀ ਜਾਨ ਤੇਰੀ ਮੁਸਕਾਨ, ਮੇਰੀ ਜਾਨ ਤੇਰੀ ਮੁਸਕਾਨ, ਜੀ ਖੰਡ ਦੀ ਰੋੜੀ ਵਰਗੀ, ਜੋੜੀ ਕੋਈ ਵੀ ਨੀ ਦੁਨੀਆ ਤੇ ਹੋਣੀ ਤੇਰੀ ਮੇਰੀ ਜੋੜੀ ਵਰਗੀ ਜੋੜੀ। ਸੋ ਇਹ ਸੀਗਾ ਜੀ ਉਹ ਗਾਣਾ, ਕੱਲ੍ਹ ਪਹਿਲਾਂ ਉਹਨਾਂ ਨੇ 24 ਤਰੀਕ ਨੂੰ ਉਹਨਾਂ ਨੇ ਰਿਲੀਜ਼ ਕੀਤਾ ਸੀ ਤੇਰੀ ਮੇਰੀ ਜੋੜੀ, ਪੋਸਟਰ ਵੀ ਬਣਿਆ ਸੀ, ਪੋਸਟਰ ਵੀ ਉਹ ਸੀਗਾ ਤੇਰੀ ਮੇਰੀ ਜੋੜੀ ਦਾ। ਹੁਣ ਉਹਨਾਂ ਨੇ ਮੇਰੀ ਆਹ ਵੀਡੀਓ ਦੇਖ ਕੇ ਜਿਹੜੀ ਮੈਂ ਪਾਈ ਸੀ, ਉਹਨਾਂ ਨੇ ਵੀਡੀਓ ਦੇਖ ਕੇ ਪੋਸਟਰ ਵੀ ਡਿਲੀਟ ਕਰ ਦਿੱਤਾ, ਉਸ ਚੈਨਲ ਤੋਂ ਗਾਣਾ ਵੀ ਡਿਲੀਟ ਕਰ ਦਿੱਤਾ, ਹਿਡਨ ਕਰ ਦਿੱਤਾ, ਔਰ ਉਹਨਾਂ ਨੇ ਕਮੈਂਟ ਵੀ ਬੰਦ ਕਰ ਦਿੱਤੇ। ਹੁਣ ਉਹ ਗਾਣਾ ਇੱਥੇ ਜਾ ਕੇ ਸ਼ੋ ਹੋ ਰਿਹਾ ਗੂਗਲ 'ਤੇ, ਸਿੱਧਾ ਗਾਣਾ ਸ਼ੋ ਨਹੀਂ ਹੋ ਰਿਹਾ ਤੇਰੀ ਮੇਰੀ ਜੋੜੀ 2, ਹੁਣ ਉਹਨਾਂ ਦਾ ਗੂਗਲ 'ਤੇ ਜਾ ਕੇ ਇੱਥੇ ਜਾ ਕੇ ਸਰਚ ਹੋ ਰਿਹਾ ਆ ਗਾਣਾ। ਹੁਣ ਇਹ ਚੈਨਲ ਦਾ ਨਾਮ ਹੈਗਾ ਹਰਭਜਨ ਮਾਨ ਟੌਪਿਕ 'ਤੇ, ਤੁਸੀਂ ਖੋਲ੍ਹ ਸਕਦੇ ਇਹੀ ਗਾਣਾ ਤੇਰੀ ਮੇਰੀ ਜੋੜੀ 2। ਪਰ ਤੁਹਾਨੂੰ ਮੈਂ ਆਪਣਾ ਗਾਣਾ ਵੀ ਪੂਰਾ ਸੁਣਾਉਣਾ ਚਾਹੁੰਦਾ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਮੈਂ ਵੀ ਗਾਣਾ ਰਿਕਾਰਡ ਕੀਤਾ ਹੋਇਆ ਸੀ, ਇਹਨਾਂ ਤੋਂ ਪਹਿਲਾਂ ਦਾ ਕੀਤਾ ਹੋਇਆ ਆ, ਬਟ ਮੇਰੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ। ਪਲੀਜ਼ ਜਿੱਦਾਂ ਤੁਸੀਂ ਕੱਲ੍ਹ ਮੇਰੀ ਵੀਡੀਓ ਨੂੰ ਸ਼ੇਅਰ ਅਤੇ ਸਪੋਰਟ ਕੀਤਾ, ਮੇਰੇ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਮੇਰੀ ਇਸ ਵੀਡੀਓ ਨੂੰ ਵੀ ਤੁਸੀਂ ਸਪੋਰਟ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ। ਮੈਂ ਤੁਹਾਨੂੰ ਪੂਰਾ ਗਾਣਾ ਆਪਣਾ ਹੁਣ ਸੁਣਾਉਂਦਾ ਪੂਰਾ ਫੁੱਲ ਗਾਣਾ।
ਸੋ ਦੋਸਤੋ ਇਹ ਸੀ ਮੇਰਾ ਗਾਣਾ ਪੂਰਾ ਗਾਣਾ, ਕਿਉਂਕਿ ਮੈਨੂੰ ਕਮੈਂਟ ਕਰ ਰਹੇ ਸੀ ਦੋਸਤ ਕਿ ਤੁਸੀਂ ਆਪਣਾ ਪੂਰਾ ਗਾਣਾ ਵੀ ਸਾਨੂੰ ਸੁਣਾਓ ਕਿ ਸਾਨੂੰ ਪਤਾ ਲੱਗੇ ਤੁਹਾਡਾ ਆ ਗਾਣਾ। ਸੋ ਦੋਸਤੋ ਇਹ ਮੈਂ ਪੂਰਾ ਗਾਣਾ ਤਾਂ ਹੀ ਤੁਹਾਨੂੰ ਸੁਣਾਇਆ ਕਿ ਮੈਂ ਰਿਕਾਰਡ ਕਰ ਚੁੱਕਾ, ਮੇਰੇ ਨਾਲ ਇਸ ਗਾਣੇ ਦੇ ਵਿੱਚ ਮੇਰੇ ਸਾਥੀ ਵੈਂਡੀ ਕੌਰ ਨੇ ਵੀ ਗਾਇਆ ਆ, ਠੀਕ ਆ ਜੀ, ਜਿਹੜੇ ਫੀਮੇਲ ਸਿੰਗਰ ਨੇ ਵੈਂਡੀ ਕੌਰ ਉਹਨਾਂ ਦਾ ਵੀ ਨਾਮ ਹੈ, ਉਹਨਾਂ ਨੇ ਮੇਰੇ ਨਾਲ ਸਾਥ ਦਿੱਤਾ ਸੀ ਗਾਣੇ ਦੇ ਵਿੱਚ, ਤਾਂ ਮੈਂ ਤੁਹਾਨੂੰ ਪੂਰਾ ਸੁਣਾਇਆ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਮੈਂ ਉਹਨਾਂ ਨੂੰ ਵੀ ਪੇ ਕਰ ਚੁੱਕਾ। ਔਰ ਸਾਡੀ ਮੈਂ ਦੁਬਾਰਾ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਪੇ ਕਰ ਚੁੱਕਾ ਸਾਰਿਆਂ ਨੂੰ। ਚਲੋ ਬਾਕੀ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਮੇਰੀ ਨੂੰ ਇਸ ਵੀਡੀਓ ਨੂੰ ਇਸ ਤੋਂ ਵੀ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਮੈਨੂੰ ਵੀ ਇਨਸਾਫ ਮਿਲ ਸਕੇ। ਅਤੇ ਉਹਨਾਂ ਦੀ ਵੀਡੀਓ ਤੁਸੀਂ ਦੇਖ ਹੀ ਚੁੱਕੇ ਹੋ, ਤੁਸੀਂ ਪੋਸਟਰ ਵੀ ਦੇਖ ਚੁੱਕੇ ਹੋ ਮੇਰੀ ਕੱਲ੍ਹ ਵਾਲੀ ਵੀਡੀਓ ਪਾਉਣ ਨਾਲ, ਉਹਨਾਂ ਨੇ ਪਹਿਲੀ ਵੀਡੀਓ ਆਪਣਾ ਪਹਿਲਾ ਜਿਹੜਾ ਗਾਣਾ ਰਿਲੀਜ਼ ਕੀਤਾ ਸੀ 24 ਤਰੀਕ ਨੂੰ, ਉਹ ਉਹਨਾਂ ਨੇ ਡਿਲੀਟ ਕਰ ਚੁੱਕੇ ਆ, ਕਮੈਂਟ ਵੀ ਆਫ ਕਰ ਚੁੱਕੇ ਆ। ਤਾਂ ਕਿ ਤੁਸੀਂ ਆਪ ਹੀ ਦੱਸੋ, ਆਪ ਹੀ ਸਿਆਣੇ ਹੋ, ਜੇ ਉਹ ਸੱਚੇ ਨੇ ਤਾਂ ਉਹਨਾਂ ਨੇ ਕਿਉਂ ਡਿਲੀਟ ਕੀਤਾ ਉਸ ਚੈਨਲ ਤੋਂ ਗਾਣਾ? ਜੇ ਉਹ ਸੱਚੇ ਨੇ ਆਪਾਂ ਮਾੜਾ ਨਹੀਂ ਕਹਿ ਸਕਦੇ, ਬਟ ਜੇ ਉਹ ਸੱਚੇ ਨੇ ਉਹਨਾਂ ਨੇ ਗਾਣਾ ਕਿਉਂ ਡਿਲੀਟ ਕੀਤਾ ਉਸ ਚੈਨਲ ਤੋਂ? HM ਰਿਕਾਰਡ ਕੰਪਨੀ 'ਚ ਗਾਣਾ ਰਿਲੀਜ਼ ਕੀਤਾ ਸੀ, ਉੱਤੋਂ ਉਹਨਾਂ ਨੇ ਡਿਲੀਟ ਕਰ ਦਿੱਤਾ, ਕਮੈਂਟ ਵੀ ਆਫ ਕਰ ਦਿੱਤੇ। ਹੁਣ ਇਹ ਗਾਣਾ ਸਿਰਫ ਉਹਨਾਂ ਦੇ ਚੈਨਲ ਤੋਂ ਸ਼ੋਅ ਹੋ ਰਿਹਾ ਜਾ ਕੇ, ਉਹ ਵੀ ਆਨ ਸ਼ਾਨ। ਪਹਿਲਾਂ ਸੀਗਾ ਤੇਰੀ ਮੇਰੀ ਜੋੜੀ, ਉਹ ਪਹਿਲੀ ਵੀਡੀਓ ਦੇ ਵਿੱਚ ਮੈਂ ਦਿਖਾ ਚੁੱਕਾ ਤੁਹਾਨੂੰ, ਪੋਸਟਰ ਵੀ ਦਿਖਾ ਚੁੱਕਾ, ਗਾਣਾ ਵੀ ਦਿਖਾ ਚੁੱਕਾ ਯੂਟਿਊਬ 'ਤੇ। ਔਰ ਉਹ ਇਹ ਗਾਣਾ ਹੁਣ ਤੁਹਾਨੂੰ ਗੂਗਲ 'ਤੇ ਜਾ ਕੇ ਸਰਚ ਕਰੋਗੇ, ਆਨ ਸ਼ਾਨ ਪੋਸਟਰ ਦੇ ਥੱਲੇ ਮਿਲ ਰਿਹਾ, ਤੇਰੀ ਮੇਰੀ ਜੋੜੀ ਆ, ਦਿਖਾ ਦਿਓ ਜੀ ਇੱਧਰ, ਤੇਰੀ ਮੇਰੀ ਜੋੜੀ, ਇੱਥੇ ਆਨ ਸ਼ਾਨ ਦੇ ਥੱਲੇ ਉਹਨਾਂ ਦੀ ਐਲਬਮ ਹੈਗੀ ਕੋਈ, ਆਨ ਸ਼ਾਨ ਉਹਦੇ ਥੱਲੇ ਜਾ ਕੇ ਸ਼ੋਅ ਹੋ ਰਿਹਾ ਤੇਰੀ ਮੇਰੀ ਜੋੜੀ 2। ਦੱਸੋ ਇੱਥੇ ਮੈਂ ਗਲਤ ਹਾਂ? ਪਲੀਜ਼ ਸਾਰੇ ਜਾਣੇ ਮੈਨੂੰ ਜ਼ਰੂਰ ਸਪੋਰਟ ਕਰੋ, ਸ਼ੇਅਰ ਜ਼ਰੂਰ ਕਰੋ। ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ। ਹੁਣ ਜੇਕਰ ਸਾਹਿਲ ਰਾਜਾ ਦੀ ਗੱਲ ਨੂੰ ਸਹੀ ਮੰਨੀਏ ਤਾਂ ਉਹਨਾਂ ਦਾ ਦਾਅਵਾ ਕਿ ਉਹਨਾਂ ਨੇ ਗੀਤ ਪੈਸੇ ਖਰਚ ਕੇ ਖਰੀਦਿਆ ਸੀ ਅਤੇ ਉਸਦੇ ਉੱਤੇ ਪੂਰੀ ਮਿਹਨਤ ਲਾਈ ਅਤੇ ਉਸ ਨੂੰ ਰਿਕਾਰਡ ਵੀ ਕੀਤਾ ਅਤੇ ਆਪਣੀ ਸਾਰੀ ਪੂੰਜੀ ਇਹਦੇ 'ਤੇ ਲਾ ਬੈਠੇ, ਪਰ ਇਸ ਤੋਂ ਪਹਿਲਾਂ ਹੀ ਹਰਭਜਨ ਮਾਨ ਨੇ ਇਸ ਗੀਤ ਨੂੰ ਇੰਟਰਨੈੱਟ 'ਤੇ ਅਪਲੋਡ ਕਰਤਾ। ਕਿਉਂਕਿ ਮੈਂ 1 ਸਾਲ ਤੋਂ ਇਸ ਗਾਣੇ 'ਤੇ ਮਿਹਨਤ ਕਰ ਰਿਹਾ ਸੀ, 1-1 ਡਾਲਰ ਜੋੜ ਕੇ ਮੈਂ ਪਹਿਲੇ ਰਿਕਾਰਡਿੰਗ ਕਰਵਾਈ ਆ, ਪੂਰੀ ਪੇਮੈਂਟ ਕਰ ਚੁੱਕਾ ਮੈਂ ਆਪਣੇ ਨੇਕ ਬਰੰਗ ਰਾਈਟਰ ਨੇ ਇਸ ਗਾਣੇ ਦੇ ਨੇਕ ਬਰੰਗ। ਮੈਂ ਉਹਨਾਂ ਦੀਆਂ ਤੁਹਾਨੂੰ ਰਿਕਾਰਡਿੰਗਾਂ ਵੀ ਸੁਣਾ ਸਕਦਾ ਕਿ ਮੈਨੂੰ ਉਹ ਗਾਣਾ ਕਿੱਦਾਂ ਭੇਜਿਆ ਸੀ ਉਹਨਾਂ ਨੇ, ਔਰ ਇਹ ਗਾਣਾ ਮੇਰੇ ਕੋਲ 1 ਸਾਲ ਤੋਂ ਪਹਿਲਾਂ ਹੀ ਆ ਚੁੱਕਾ ਸੀ, 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਕਿ ਮੈਨੂੰ ਗਾਣਾ ਬਣੀ ਭੇਜਿਆ। ਮੈਂ ਤੁਹਾਨੂੰ ਰਿਕਾਰਡਿੰਗਾਂ ਸੁਣਾਉਂਗਾ। ਅੰਤਰੇ ਨੇ ਉਸ ਗਾਣੇ ਦੇ, ਵੇ ਮੈਂ ਤੇਰੇ ਹੱਥਾਂ ਵਿੱਚ ਹੂੰ ਰੇਸ਼ਮ ਦੀ ਡੋਰੀ ਵਰਗੀ, ਜੋੜੀ ਕੋਈ ਵੀ ਨੀ ਦੁਨੀਆਂ ਤੇ ਹੋਣੀ ਬਤੇਰੀ ਮੇਰੀ ਜੋੜੀ ਵਰਗੀ। ਗੱਲ ਇੱਦਾਂ ਆ ਬਾਈ ਜੀ, ਹੱਥ ਜੋੜ ਕੇ ਬੇਨਤੀ ਆ ਮੇਰੀ ਕਿ ਸਾਰੇ ਜਾਣੇ ਮੇਰੀ ਜ਼ਰੂਰ ਸਪੋਰਟ ਕਰੋ, ਕਿ ਮੈਂ 1-1 ਡਾਲਰ ਇਕੱਠਾ ਕਰਕੇ ਵੀਡੀਓ ਵਾਸਤੇ ਪੈਸੇ ਇਕੱਠੇ ਕਰ ਰਿਹਾ ਸੀ, ਔਰ ਬੜੀ ਮਿਹਨਤ ਲੱਗਦੀ ਹੈ ਦਿਨ ਰਾਤ ਕੰਮ ਕਰਕੇ, ਇੱਥੇ ਕੈਨੇਡਾ ਵਿੱਚ ਵੀ ਲਾਈਫ ਬਹੁਤ ਔਖੀ ਆ ਦਿਨ ਰਾਤ। ਹੁਣ ਸਾਹਿਲ ਰਾਜਾ ਜੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਕੈਨੇਡਾ 'ਚ ਜਦੋਂ ਉਸ ਨੂੰ ਦੁਬਾਰਾ ਪੀਜ਼ਾ ਵੰਡਦੇ ਦੇਖ ਰਹੇ ਨੇ ਅਤੇ ਕੁਝ ਇਸ ਤਰੀਕੇ ਦੀਆਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਹਿਲ ਰਾਜਾ ਦੀ ਕੈਨੇਡਾ ਦੀਆਂ ਸੜਕਾਂ 'ਤੇ ਪੀਜ਼ੇ ਵੰਡਦੇ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ। ਬਾਈ ਇਹ ਉਹੀ ਵੀਰ ਲੱਗਦਾ ਜਿਹਦਾ ਗਾਣਾ ਚੋਰੀ ਹੋਇਆ। ਬਾਈ 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 ਤੁਸੀਂ ਉਹੀ ਹੋ ਨਾ ਜਿਨ੍ਹਾਂ ਦਾ ਵੀਡੀਓ 1 ਵਾਇਰਲ ਹੋ ਰਿਹਾ ਵਾ, ਜੇ ਤੁਹਾਡਾ ਗਾਣਾ ਕਹਿੰਦੇ ਹਰਭਜਨ ਮਾਨ ਜੀ ਨੇ ਗਾ ਦਿੱਤਾ? ਹਾਂਜੀ ਵੀਰ ਜੀ, ਹਾਂਜੀ। ਤੇ ਬਾਈ ਕੀ ਬਣਿਆ ਤੁਹਾਡੇ ਨਾਲ? ਤੁਹਾਨੂੰ ਪਤਾ ਬਣਨਾ ਕੀ ਆ, ਮਾੜੇ ਬੰਦੇ ਦੀ ਤਾਂ ਬਿਲਕੁਲ ਹੀ ਹੈ ਨਹੀਂ ਕੁਛ ਵੀ, ਮਾੜੇ ਬੰਦੇ ਨੂੰ ਸਾਰੇ ਦੱਬ ਦਿੰਦੇ ਨੇ ਜੀ, ਤੇ ਮੇਰੇ ਨਾਲ ਵੀ ਉਹੀ ਹੋਇਆ ਜੀ। ਮੈਂ ਗਾਣਾ ਕੀਤਾ ਸੀ, ਡਿਲੀਵਰੀ ਦੀ ਜੋਬ ਕਰਦਾ, ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਲਿਆ ਕਿ ਡਿਲੀਵਰੀ ਦੀ ਜੋਬ ਕਰਦਾ, ਇਹਦੇ ਵਿੱਚ ਕੁਛ ਬਚਾ ਕੇ ਮੈਂ ਗਾਣਾ ਕੀਤਾ ਸੀ, ਪਰ ਗਾਣਾ ਮਾਨ ਸਾਹਿਬ ਨੇ ਗਾਤਾ ਆ, ਪਰ ਪਤਾ ਨਹੀਂ ਹੁਣ ਗਲਤੀ ਕਿਹਦੀ ਆ। ਤੁਹਾਨੂੰ ਲੱਗਦਾ ਇਨਸਾਫ ਮਿਲ ਜੂਗਾ? ਇਨਸਾਫ ਤਾਂ ਮੁਸ਼ਕਲ ਹੀ ਆ ਜੀ ਲੱਗਦਾ, ਇਹ ਤੇ ਹੁਣ ਜਨਤਾ ਦੇ ਹੱਥ ਹੀ ਆ, ਵੀਡੀਓ ਨੂੰ ਸ਼ੇਅਰ ਕਰਦੇ ਆ ਜਾਂ ਸਪੋਰਟ ਕਰਦੇ ਆ ਜਾਂ ਕਿੱਦਾਂ ਜੀ। ਬਾਕੀ ਹੁਣ ਆਪਾਂ ਤੇ
ਇਹੋ ਕੁਛ ਕਰ ਸਕਦੇ ਆ, ਵੀਡੀਓ ਬਣਾ ਕੇ ਪਾ ਸਕਦੇ ਆ, ਹੋਰ ਕੁਛ ਨਹੀਂ ਕਰ ਸਕਦੇ। ਤੇ ਜੀ ਮੈਂ ਵੀਡੀਓ ਪਾ ਦਿਆਂ ਸੋਸ਼ਲ ਮੀਡੀਆ ਤੇ, ਕੋਈ ਇਤਰਾਜ਼ ਤਾਂ ਨਹੀਂ ਬਈ ਤੁਹਾਨੂੰ? ਨਹੀਂ, ਕੋਈ ਗੱਲ ਨਹੀਂ, ਥੈਂਕ ਯੂ ਜਨਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜ਼ਰੂਰ ਜ਼ਰੂਰ ਭਾਜੀ, ਸਾਥ ਦੇਵਾਂਗੇ ਤੁਹਾਡਾ ਆਪਾਂ, ਤੇ ਵਾਹਿਗੁਰੂ ਸ਼੍ਰੀ ਰਾਮ ਸੁੱਖ ਰੱਖੇ ਬਾਈ, ਆਪਾਂ ਨਾਲ ਹਾਂ ਤੁਹਾਡੇ। ਠੀਕ ਹੈ, ਤੇ ਇਹ ਵੀਡੀਓ ਪਾ ਸਕਦਾ ਬਾਈ ਮੈਂ? ਹਾਂਜੀ ਹਾਂਜੀ, ਕੋਈ ਗੱਲ ਨਹੀਂ, ਪਾ ਦਿਓ ਤੁਸੀਂ। ਠੀਕ ਹੈ ਬਾਈ, ਠੀਕ ਹੈ, ਆਪਾਂ ਸਪੋਰਟ ਕਰਾਂਗੇ ਬਾਈ ਤੁਹਾਨੂੰ ਸਾਰੇ। ਹਾਂਜੀ, ਥੈਂਕ ਯੂ ਜੀ। ਬਾਈ ਨਾਮ ਕੀ ਤੁਹਾਡਾ? ਮੇਰਾ ਨਾਮ ਸਾਹਿਲ ਰਾਜਾ। ਸਾਹਿਲ ਰਾਜਾ, ਹਾਂ ਬਾਈ ਮੈਂ ਦੇਖੀ ਸੀ ਕੱਲ ਵੀਡੀਓ ਤੁਹਾਡੀ। ਠੀਕ ਹੈ, ਥੈਂਕ ਯੂ, ਠੀਕ ਹੈ ਬਾਈ ਜੀ, ਠੀਕ ਹੈ। ਸੋ ਸੁਣਿਆ ਤੁਸੀਂ ਸਾਹਿਲ ਰਾਜਾ ਦਾ ਤਰਸ, ਹਾਲਾਂਕਿ ਕੌਣ ਸਹੀ ਹੈ ਕੌਣ ਗਲਤ, ਇਸ ਗੱਲ ਦੀ ਪੁਸ਼ਟੀ ਤਾਂ ਦੈਨਿਕ ਮੇਲ ਪੰਜਾਬੀ ਟੀਵੀ ਨਹੀਂ ਕਰਦਾ, ਕਿਉਂਕਿ ਨਾ ਤਾਂ ਹਜੇ ਤੱਕ ਹਰਭਜਨ ਮਾਨ ਦਾ ਪੱਖ ਸਾਹਮਣੇ ਆਇਆ ਅਤੇ ਨਾ ਹੀ ਇਸ ਗਾਣੇ ਨੂੰ ਲਿਖਣ ਵਾਲੇ ਲੇਖਕ ਦਾ, ਜਿਸ ਦੇ ਉੱਤੇ ਇਲਜ਼ਾਮ ਸਾਹਿਲ ਰਾਜਾ ਵੱਲੋਂ ਲਾਏ ਗਏ ਹੈ। ਹਾਲਾਂਕਿ ਜੇ ਇਹਨਾਂ ਦਾ ਪੱਖ ਆਏਗਾ ਉਸ ਨੂੰ ਵੀ ਪ੍ਰਮੁੱਖਤਾ ਨਾਲ ਦਿਖਾਵਾਂਗੇ, ਪਰ ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਸਾਹਿਲ ਰਾਜਾ ਦੀ ਜ਼ਿੰਦਗੀ ਇੱਕ ਵਾਰ ਫਿਰ ਰੰਗ ਬਣ ਗਈ ਹੈ। ਬਿਊਰੋ ਰਿਪੋਰਟ, ਦੈਨਿਕ ਮੇਲ ਪੰਜਾਬੀ ਟੀਵੀ, ਟੋਰੋਂਟੋ।